ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ। ਅੱਜ ਹੈਗਾ ਜੀ ਦਿਨ ਸੋਮਵਾਰ, 30 ਤਰੀਕ ਹੈ, 30 ਅਕਤੂਬਰ। ਅਤੇ ਇੱਧਰ ਜੀ ਮੈਂ ਸਾਰਾ ਕੰਮ ਕੁੰਮ ਕਰਕੇ ਘਰ ਦਾ 12 ਕੁ ਵਜੇ ਦਾ ਟਾਈਮ ਹੈ ਅਤੇ ਇੱਧਰ ਆਪਾਂ ਬਾਜ਼ਾਰ ਆਏ ਹੋਏ ਹਾਂ। ਥੋੜ੍ਹੀ ਜਿਹੀ ਸ਼ੋਪਿੰਗ ਰਹਿੰਦੀ ਸੀਗੀ ਕਰਨ ਵਾਲੀ ਅਤੇ ਬਸ ਉਹਦਾ ਵੀ ਕੰਮ ਨਿਬੇੜ ਲੈਂਦੇ ਹਾਂ। ਅਤੇ ਇੱਥੇ ਜੀ ਕਾਫੀ ਜ਼ਿਆਦਾ ਟ੍ਰੈਫਿਕ ਸੀਗਾ, 12 ਕੁ ਵਜੇ ਦਾ ਟਾਈਮ ਸੀ ਕਿਉਂਕਿ ਸਕੂਲਾਂ ਦੀ ਵੀ ਛੁੱਟੀ ਹੋ ਜਾਂਦੀ ਹੈ ਛੋਟੇ ਬੱਚਿਆਂ ਦੀ, ਅਤੇ ਇਸ ਕਰਕੇ ਕਾਫੀ ਜ਼ਿਆਦਾ ਨਾ ਰਸ਼ ਸੀਗਾ। ਇਹ ਅਸੀਂ ਨਹਿਰ ਪਾਰ ਕਰ ਚੁੱਕੇ ਹਾਂ, ਆਪਣੇ ਘਰ ਕੋਲ ਜਿਹੜੀ ਨਹਿਰ ਹੈਗੀ ਹੈ। ਅਤੇ ਬਸ ਇੱਥੇ ਦਾ ਵਿਊ ਮੈਨੂੰ ਵਧੀਆ ਲੱਗਦਾ ਪਿਆ ਸੀਗਾ ਅਤੇ ਮੈਂ ਨਾਲ ਨਾ। ਅਤੇ ਆ ਹੈ ਜੀ ਮਾਡਲ ਟਾਊਨ ਦਾ ਗੁਰਦੁਆਰਾ। ਅਤੇ ਬਸ ਟ੍ਰੈਫਿਕ ਸੀਗਾ ਇਸ ਕਰਕੇ ਗੱਡੀ ਥੋੜ੍ਹੀ ਦੇਰ ਰੁਕੀ ਹੋਈ ਸੀਗੀ ਅਤੇ ਵਿੱਚ ਵਿੱਚ ਚੱਲਦੀ ਰਹਿੰਦੀ ਸੀ ਗੱਡੀ। ਅਤੇ ਫਿਰ ਜਿੰਨੀ ਕੁ ਵੀਡੀਓ ਗੱਡੀ 'ਚ ਮੇਰੇ ਕੋਲੋਂ ਬਣਾਈ ਗਈ ਹੈ ਬਾਰੋਂ ਬਾਰ ਮੈਂ ਉਨੀ ਕੁ ਬਣਾ ਤੀ ਹੈ ਜੀ। ਆ ਦੇਖੋ ਜੀ ਗੁਰਦੁਆਰਾ ਸਾਹਿਬ ਦੇ ਬਾਹਰ ਦਾ ਵਿਊ। ਥੋੜ੍ਹੀ ਥੋੜ੍ਹੀ ਦੂਰ 'ਤੇ ਨਾ ਕਾਫੀ ਜ਼ਿਆਦਾ ਟ੍ਰੈਫਿਕ ਜਾਮ ਹੋਇਆ ਪਿਆ ਸੀ ਇੱਥੇ। ਅਤੇ ਬਸ ਜਿੱਦਾਂ ਹੀ ਮੈਨੂੰ ਮੌਕਾ ਮਿਲਦਾ ਸੀ ਮੈਂ ਥੋੜ੍ਹੀ ਥੋੜ੍ਹੀ ਵੀਡੀਓ ਸ਼ੂਟ ਕਰੀ ਗਈ ਹਾਂ। ਲਓ ਜੀ ਆਪਾਂ ਜਿਹੜੀ ਸ਼ੋਪਿੰਗ ਕਰਨੀ ਸੀ ਕਰ ਲਈ ਹੈ ਅਤੇ ਇੱਧਰ ਜੀ ਮੈਂ ਲੈਣੀ ਹੈ ਆਪਣੇ ਲਈ ਜੁੱਤੀ। ਅਤੇ ਜਿੰਨਾਂ ਕੋਲੋਂ ਜੁੱਤੀ ਲੈਣੀ ਹੈ ਆਪਣੇ ਵਾਕਫ ਵੀ ਨੇ ਅਤੇ ਮੰਡੀਆਂ ਦੇ ਵਿੱਚ ਵੀ ਇਹ ਜੁੱਤੀਆਂ ਲਾਉਂਦੇ ਹੁੰਦੇ ਨੇ ਅਤੇ ਅੱਜ ਇਹਨਾਂ ਨੇ ਕੈਂਪ ਦੇ ਵਿੱਚ ਲਾਈਆਂ ਹੋਈਆਂ ਨੇ ਅਤੇ ਫਿਰ ਮੈਂ ਇੱਥੇ ਆ ਕੇ ਆਪਣੇ ਮੇਚ ਦੀ ਦੇਖ ਲੈਂਦੀ ਹਾਂ, ਜਿਹੜੀ ਮੇਰੇ ਮੇਚ ਆਊਗੀ ਉਹ ਲੈ ਲਾਂਗੇ। ਅਤੇ ਹੁਣ ਵਰਤ ਕਰਕੇ ਨਾ ਬਾਜ਼ਾਰ ਦੇ ਵਿੱਚ ਕਾਫੀ ਰੌਣਕ ਵੀ ਹੈ ਅਤੇ ਕਾਫੀ ਬਾਜ਼ਾਰ ਸਜਿਆ ਵੀ ਹੋਇਆ। ਆ ਦੇਖੋ ਜੀ ਜੁੱਤੀਆਂ, ਜੁੱਤੀਆਂ ਇੱਕ ਤੋਂ ਇੱਕ ਸੋਹਣੀਆਂ ਸੀਗੀਆਂ, ਪੰਜਾਬੀ ਜੁੱਤੀਆਂ ਹੀ ਸੀ ਚਾਰਾ, ਛੋਟੇ ਬੱਚਿਆਂ ਦੇ ਬੂਟ ਵੀ ਸੀਗੇ। ਅਤੇ ਲਓ ਜੀ ਮੈਂ ਆਪਣੇ ਲਈ ਇੱਕ ਜੋੜਾ ਜੁੱਤੀਆਂ ਦਾ ਲੈ ਲਿਆ ਸੀਗਾ ਅਤੇ ਇੱਧਰ ਮੈਂ ਬੇਟੇ ਵਾਸਤੇ ਨਾ ਟੀ ਸ਼ਰਟ ਦੇਖ ਰਹੀ ਸੀਗੀ ਅਤੇ ਉਹ ਮੈਨੂੰ ਇੰਨੀ ਜ਼ਿਆਦਾ ਪਸੰਦ ਨਹੀਂ ਆਈ। ਅਤੇ ਉਸ ਤੋਂ ਬਾਅਦ ਜੀ ਮੈਂ ਘਰ ਆ ਗਈ ਸੀ, ਘਰ ਆਉਣ ਤੋਂ ਬਾਅਦ ਰੋਟੀ ਵੀ ਖਾ ਲਈ ਹੈ, ਹੁਣ 4 ਕੁ ਵਜੇ ਦਾ ਟਾਈਮ ਹੈ ਅਤੇ ਸ਼ੋਪਿੰਗ ਤਾਂ ਆਪਾਂ ਕਰ ਲਈ ਹੈ ਅਤੇ ਹੁਣ ਆਪਾਂ ਜੀ ਕਰਾਂਗੇ ਵਰਤ ਵਾਸਤੇ ਛਾਨਣੀ, ਆਪਾਂ ਤਿਆਰ ਕਰਾਂਗੇ ਇਹਨੂੰ, ਘਰ ਹੀ ਆਪਾਂ ਡੈਕੋਰੇਟ ਕਰਾਂਗੇ। ਆ ਬੇਟੇ ਕੋਲ ਚਾਟ ਪਿਆ ਹੋਇਆ ਸੀਗਾ ਅਤੇ ਉਹਦੇ ਨਾਲ ਆਪਾਂ ਕਵਰ ਕਰ ਦਿੱਤੀ ਹੈ। ਅਤੇ ਥੋੜ੍ਹੇ ਜਿਹਾ ਮੇਰੇ ਕੋਲ ਬਤਾਸ਼ੇ ਜਿਹੇ ਪਏ ਹੋਏ ਸੀਗੇ ਸਜਾਵਟ ਵਾਲੇ, ਜਿਹੜੇ ਪਹਿਲਾਂ ਚੁੰਨੀਆਂ ਵਗੈਰਾ 'ਤੇ ਲਾਈਦੇ ਹੁੰਦੇ ਸੀਗੇ। ਅਤੇ ਆ ਥੋੜ੍ਹੇ ਜਿਹੇ ਆਪਣੀ ਸਿੱਪੀਆਂ ਸਟੋਨ ਜੇ ਸਟਾਰ ਜੇ ਪਏ ਹੋਏ ਸੀਗੇ ਅਤੇ ਉਹਦੇ ਨਾਲ ਹੀ ਮੈਂ ਥੋੜ੍ਹੀ ਜਿਹੀ ਸਜਾਤੀ ਹੈ। ਅਤੇ ਇੱਕ ਰਿਬਨ ਸੀਗਾ ਮੇਰੇ ਕੋਲ ਅਤੇ ਆ ਦੇਖੋ ਜੀ ਰਿਬਨ ਨੂੰ ਵੀ ਆਪਾਂ ਨਾਲ ਲਾਤਾ ਅਤੇ ਬਹੁਤ ਹੀ ਸਿੰਪਲ ਅਤੇ ਬਹੁਤ ਹੀ ਘੱਟ ਚੀਜ਼ਾਂ ਨਾਲ ਆਪਾਂ ਤਿਆਰ ਕੀਤੀ ਹੈ ਜੀ ਅਤੇ ਬਹੁਤ ਵਧੀਆ ਲੱਗਦੀ ਪਈ ਹੈ। ਮੈਨੂੰ ਤਾਂ ਵਧੀਆ ਲੱਗ ਰਹੀ ਜੀ, ਤੁਸੀਂ ਦੱਸਿਓ ਤੁਹਾਨੂੰ ਕਿੱਦਾਂ ਦੀ ਲੱਗਦੀ ਪਈ ਹੈ। ਅਤੇ ਵੈਸੇ ਮੇਰੇ ਕੋਲ ਲੈਸ ਵੀ ਸੀਗੀ ਪਰ ਮੈਂ ਲੈਸ ਨਹੀਂ ਲਗਾਈ ਹੈ, ਇਹਦੇ ਨਾਲ ਹੀ ਵਧੀਆ ਇੰਨੀ ਕੁ ਨਾਲ ਹੀ ਮੈਨੂੰ ਲਾਉਣ ਨਾਲ ਵਧੀਆ ਲੱਗਦੀ ਪਈ ਸੀ। ਅਤੇ ਬਾਕੀ ਆਪਾਂ ਗੜਵੀ ਨੂੰ ਵੀ ਕਰਾਂਗੇ ਡੈਕੋਰੇਟ ਥੋੜ੍ਹੀ ਜੀ, ਅਤੇ ਨਾਲੇ ਆਪਾਂ ਦੇਖੋ ਜੀ ਪੈਸੇ ਵੀ ਬਚਾ ਲਏ ਅਤੇ ਨਾਲੇ ਆਪਣੇ ਜਿਹੜੇ ਘਰ ਚੀਜ਼ਾਂ ਪਈਆਂ ਸੀ ਉਹ ਵੀ ਆਪਾਂ ਕੰਮ ਦੇ ਵਿੱਚ ਲੈ ਲਈਆਂ। ਅਤੇ ਇੱਧਰ ਜੀ ਆਪਣਾ ਰਾਤ ਦਾ ਡਿਨਰ ਵੀ ਤਿਆਰ ਹੈ, ਹੁਣ ਦੁਪਹਿਰ ਦੀ ਆਲੂ ਮੇਥੀ ਦੀ ਸਬਜ਼ੀ ਸੀ ਉਹਨੂੰ ਵੀ ਆਪਾਂ ਗਰਮ ਕਰ ਲੈਂਦੇ ਹਾਂ
ਅਤੇ ਇੱਧਰ ਆਪਾਂ ਮੂੰਗੀ ਮਸਰੀ ਦੀ ਦਾਲ ਬਣਾਈ ਹੋਈ ਹੈ, ਉਹਦੇ ਵਿੱਚ ਹਰਾ ਧਨੀਆ ਪਾ ਲੈਂਦੇ ਹਾਂ। ਤੜਕਾ ਵਗੈਰਾ ਲਾਤਾ ਸੀ ਪਹਿਲਾਂ ਹੀ। ਅਤੇ ਨਾਲ ਜੀ ਆਪਾਂ ਦਾਲ ਅਤੇ ਚੌਲ ਬਣਾਏ ਨੇ ਨਾਲ, ਅਤੇ ਨਾਲ ਆਪਣੇ ਕੋਲ ਆਲੂ ਬੈਂਗਣ ਦੀ ਸਬਜ਼ੀ ਹੈ, ਨਾਲ ਚਟਨੀ ਹੈ, ਨਾਲ ਸਲਾਦ ਕੱਟਿਆ ਹੋਇਆ। ਲਓ ਜੀ ਹੁਣ ਆਪਣੀ ਪਲੇਟ ਤਿਆਰ ਹੋ ਰਹੀ ਹੈ ਰੋਟੀ ਦੀ, ਨਾਲ ਆਪਾਂ ਗਰਮ ਗਰਮ ਫੁਲਕੇ ਵੀ ਬਣਾ ਲੈਣੇ। ਜਿਹੜੇ ਕੋਲੀ ਕੋਲੀ ਆਪਣੀ ਸਬਜ਼ੀਆਂ ਪਈਆਂ ਸੀ ਉਹ ਵੀ ਸਾਰੀਆਂ ਆਪਾਂ ਨਾਲ ਗਰਮ ਕਰਕੇ ਹੁਣ ਖਾ ਲਾਂਗੇ। ਅਤੇ ਆਪਣਾ ਰਾਤ ਦਾ ਡਿਨਰ ਤਿਆਰ ਹੈ ਜੀ।